ਬੀਤੇ ਦਿਨ ਗੁਰੂ ਨਾਨਕ ਸਿੱਖ ਟੈਂਪਲ ਨੂੰ ਇਤਿਹਾਸਿਕ ਗੁਰੂ ਘਰ ਹੋਣ ਦਾ ਮਾਣ ਦਿੱਤਾ ਗਿਆ। ਇਹ ਗੁਰੂ ਘਰ ਸੈਂਟਰਲ ਵੈਲੀ ਕੈਲੀਫੋਰਨੀਆ ਦਾ ਸਭ ਤੋਂ ਪੁਰਾਣਾ ਅਤੇ ਇਲਾਕੇ ਦਾ ਪਹਿਲਾ ਗੁਰੂ ਘਰ ਹੈ। 1970 ਦੇ ਦਹਾਕੇ ਵਿੱਚ ਜਦੋਂ ਪੰਜਾਬੀ ਭਾਈਚਾਰਾ ਕੰਮ ਧੰਦਿਆਂ ਕਰਕੇ ਇੱਥੇ ਜਾ ਵਸਿਆ ਤਾਂ ਇਸ ਇਲਾਕੇ ਵਸੀ ਸਿੱਖ ਸੰਗਤ ਨੇ ਰਲ ਕੇ ਇੱਥੇ ਗੁਰੂ ਘਰ ਬਣਾਉਣ ਦੀ ਵਿਉਂਤਬੰਦੀ ਕੀਤੀ। ਗੁਰੂ ਘਰ ਦੀ ਸਥਾਪਨਾ ਲਈ ਇੱਕ ਸਟੋਰ ਦੀ ਬਹੁਤ ਵੱਡੀ 2 ਮੰਜ਼ਿਲਾ ਇਮਾਰਤ ਖਰੀਦੀ ਗਈ। ਗੁਰੂ ਘਰ ਦਾ ਸਮੁੱਚਾ ਕਾਰਜ 1981 ਤੱਕ ਸੰਪੂਰਨ ਕਰ ਲਿਆ ਗਿਆ। ਪ੍ਰਬੰਧਕਾਂ ਅਨੁਸਾਰ ਇਸ ਇਮਾਰਤ ਨੂੰ ਬਣੇ 100 ਸਾਲ ਤੋਂ ਵਧੀਕ ਸਮਾਂ ਹੋ ਗਿਆ ਹੈ, ਜਦਕਿ ਗੁਰੂ ਘਰ ਸਥਾਪਿਤ ਕੀਤੇ ਨੂੰ 50 ਸਾਲ ਤੇ ਲਗਭਗ ਹੋ ਗਏ ਹਨ। ਇਲਾਕੇ ਦੀ ਇਹ ਸਭ ਤੋਂ ਪੁਰਾਣੀ ਇਮਾਰਤ ਹੈ ਜਿਸ ਦੀ ਆਸਥਾ ਸਿੱਖ ਧਰਮ ਨਾਲ ਜੁੜ ਚੁੱਕੀ ਹੈ। ਸਮੁੱਚੀ ਸਿੱਖ ਸੰਗਤ ਅਤੇ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਗੁਰੂ ਘਰ ਨੂੰ ਫਿਰੋਜ਼ਨੂੰ ਕਾਉਂਟੀ ਦੁਆਰਾ ਇਤਿਹਾਸਿਕ ਗੁਰੂ ਘਰ ਹੋਣ ਦਾ ਮਾਣ ਦਿੱਤਾ ਗਿਆ ਹੈ। ਸੰਗਤਾਂ ਵਿੱਚ ਇਸ ਗੱਲ ਦੀ ਬਹੁਤ ਖੁਸ਼ੀ ਹੈ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।